ਦੀਪ ਬਾਈ ਦੇ ਪੈਸ਼ਨ ਮੈਂ ਜ਼ਰੂਰ ਦੇਖਿਆ, ਲਾਈਫ ਪ੍ਰਤੀ ਜਨੂੰਨ, ਫਿਲਮਾਂ ਪ੍ਰਤੀ ਜਨੂੰਨ, ਜ਼ਿੰਦਗੀ ਪ੍ਰਤੀ ਜਨੂੰਨ, ਇੰਡਾ ਜਨੂੰਨੀ ਬੰਦਾ ਮੈਂ ਕਿਤੇ ਨਹੀਂ ਵੇਖਿਆ। ਮੈਂ ਨਾ ਉਹਨੇ ਇੱਕ ਗੱਲ ਕਹੀ ਸੀ, ਮੈਂ ਕਿਹਾ ਯਾਰ ਪੰਜਾਬ ਦੇ ਲੋਕਾਂ ਦੀ ਖਾਸੀਅਤ ਵੀ ਆ ਅਤੇ ਇੱਕ ਮਾੜੀ ਗੱਲ ਵੀ ਆ, ਇਹ ਸਿਰ 'ਤੇ ਚੱਕਦੇ ਵੀ ਬੜੀ ਛੇਤੀ ਅਤੇ ਲਾਹੁੰਦੇ ਵੀ ਬੜੀ ਛੇਤੀ ਆ। ਯਕੀਨ ਮੰਨਿਓ ਗੱਲ ਫਿਰ ਸੱਚੀ ਹੋ ਗਈ। RSS ਦਾ ਕਹਿਣਾ, BJP ਦਾ ਕਹਿਣਾ, ਜਾਂ ਪੋਲੀਟੀਕਲ ਜੁਆਇਨ ਕਰ ਲੈਣੀ ਜਾਂ ਪੈਸੇ ਖਾ ਲੈਣੇ, ਅਲਟੀਮੇਟਲੀ ਹੋਇਆ ਕੀ? ਉਹ ਸਭ ਚੀਜ਼ਾਂ ਗਲਤ ਸਾਬਿਤ ਹੋਈਆਂ ਨਾ। ਕਿਸੇ ਦੀ ਪਾਰਟੀ ਜੁਆਇਨ ਹੋਈ, ਕੋਈ ਪੈਸੇ ਦਾ ਐਲੀਗੇਸ਼ਨ ਆਇਆ, ਹੁਣ ਕੀ ਹੋ ਰਿਹਾ? ਹੁਣ ਇਹ ਹੋ ਰਿਹਾ ਵੀ ਦੀਪ ਬਾਈ ਦੇ ਨਾਂ 'ਤੇ ਜਿਹਨੇ ਜਿਹਨਾਂ ਜਿਹਦਾ ਫਾਇਦਾ ਲੈਣਾ ਸੀ ਉਹ ਫਾਇਦਾ ਲੈ ਗਏ। ਹੁਣ ਦੀਪ ਬਾਈ ਕਿੱਥੇ ਆ? ਉਹ ਸਾਡੇ 'ਚ ਨਹੀਂ ਰਹੇ। ਅਲਟੀਮੇਟਲੀ ਭੁਗਤਣੀ ਕਿਹਨੂੰ ਪੈਂਦੀ ਹੈ? ਪਰਿਵਾਰਾਂ ਨੂੰ। ਆਸ਼ਕਾ ਨਾਵਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ, ਅਤੇ ਪੰਜਾਬ ਦਾ ਇੱਕ ਪਿੰਡ ਨੂਰਪੁਰ ਜਿੱਥੇ ਇਹ ਖੇਡ ਮੇਲਾ ਹੋ ਰਿਹਾ ਹੈ। ਸਿੱਧੂ ਦੀ ਆਖਰੀ ਪੰਜਾਬੀ ਫਿਲਮ ਸਾਡੇ ਵਾਲੇ, ਉਹ ਤਾਂ ਹੁਣ ਸਾਡੇ ਵਿੱਚ ਨਹੀਂ ਨੇ, ਬਟ ਉਹਨਾਂ ਦੇ ਦਰਸ਼ਕ ਅਤੇ ਫੈਨਸ ਹੁਣ ਵੱਡੇ ਪਰਦੇ ਰਾਹੀਂ ਉਹਨਾਂ ਦੇ ਰੂਬਰੂ ਹੋਣਗੇ। ਉਹਨਾਂ ਦੇ ਕੋ ਐਕਟਰ ਫਿਲਮ ਦੇ ਵਿੱਚ ਸੁਖਦੀਪ ਸੁੱਖ ਅੱਜ ਸਾਡੇ ਨਾਲ ਨੇ ਕੁਝ ਖਾਸ ਗੱਲਬਾਤ ਕਰਨ ਦੇ ਲਈ। ਸਭ ਤੋਂ ਪਹਿਲਾਂ ਸੁਖਦੀਪ, ਜਦੋਂ ਆਪਾਂ ਕਹਿੰਦੇ ਹਾਂ ਸ਼ਬਦ ਆਖਰੀ ਫਿਲਮ ਦੀਪ ਸਿੱਧੂ ਦੀ, ਉਹ ਤਾਂ ਤੁਹਾਡੇ ਮਨ 'ਚ ਕੀ ਆਉਂਦਾ? ਆਖਰੀ ਸ਼ਬਦ ਬੜਾ ਪੇਨਫੁਲ ਸ਼ਬਦ ਲੱਗਾ, ਇਹ ਬੜਾ ਅਨਫੋਰਚੁਨੇਟ ਅਤੇ ਬੜਾ ਪੇਨਫੁਲ ਜਿਹਾ ਲੱਗਦਾ ਮੈਨੂੰ। ਦੀਪ ਸਿੱਧੂ ਬਾਈ ਨੇ ਹਜੇ ਆਪਣਾ ਕਰੀਅਰ ਸ਼ੁਰੂਆਤ ਹੀ ਕੀਤੀ ਸੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਐਡਾ ਵੱਡਾ ਕਰਕੇ ਕਿ ਉਹ ਹਮੇਸ਼ਾ ਅੰਡਰਰੇਟਿਡ ਐਕਟਰ ਰਹਿ ਗਏ, ਕਿਉਂਕਿ ਉਹਨਾਂ ਕੋਲ ਬਹੁਤ ਪੋਟੈਂਸ਼ੀਅਲ ਸੀ। ਹੀ ਹੈਜ਼ ਬੀਨ ਯੂਨੋ ਡੂਇੰਗ ਫਿਲਮ ਵਿਚ ਵਾਜ਼ ਅਗੇਂਸਟ ਦ ਟਾਈਡਸ, ਉਹਨਾਂ ਨੇ ਉਹ ਫਿਲਮਾਂ ਕੀਤੀਆਂ ਜਿਹੜੀਆਂ ਆਪਾਂ ਪੰਜਾਬੀ ਸਿਨੇਮਾ ਡਰੀਮ ਵੀ ਨਹੀਂ ਕਰ ਸਕਦੇ। ਸੋ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਬਹੁਤ ਵੱਡੀ ਹਰਡਲ ਪਾਰ ਕੀਤੀ ਸੀ। ਸਾਡੇ ਵਾਲੀ ਇਜ਼ ਆਲਵੇਜ਼ ਅ ਸਪੈਸ਼ਲ ਫਿਲਮ ਟੂ ਅਸ, ਵੀ ਥੋਟ ਵੀ ਆਰ ਮੇਕਿੰਗ ਅ ਗੁੱਡ ਫਿਲਮ। ਜਤਿੰਦਰ ਮੋਹਰ ਇਜ਼ ਵਨ ਆਫ ਦ ਫਾਈਨੈਸਟ ਡਾਇਰੈਕਟਰਸ ਵੀ ਹੈਵ, ਦੈਨ ਜਤਿੰਦਰ ਮੋਹਰ ਐਂਡ ਕੋਲੈਬਰੇਟਰ ਦਲਜੀਤ ਅੰਮੀ, ਐਂਡ ਆਈ ਥੋਟ ਕਿ ਉਹ ਕਿਰਦਾਰ ਜਿਵੇਂ ਕਿਰਦਾਰ ਲਿਖਦੇ ਨੇ ਜਾਂ ਜੇ ਕਿਰਦਾਰ ਬਣਾਉਂਦੇ ਨੇ ਉਹ ਬੜੇ ਵੱਖਰੇ ਹੁੰਦੇ ਨੇ, ਉਹ ਜ਼ਮੀਨ ਨਾਲ ਜੁੜੇ ਕਿਰਦਾਰ ਹੁੰਦੇ ਨੇ। ਅਸੀਂ ਵੀ ਕਿਤੇ ਨਾ ਕਿਤੇ, ਮੈਂ ਤਾਂ ਬਾਈ ਦੀਪ ਜ਼ਮੀਨ ਤੋਂ ਨਹੀਂ ਨਿਕਲੇ, ਉਸੇ ਪੰਜਾਬ ਦੀ ਗੱਲ ਕਰਦੇ ਹਾਂ। ਸੋ ਜਦੋਂ ਤੁਹਾਨੂੰ ਇਹ ਕੋਲੈਬੋਰੇਸ਼ਨ ਮਿਲਦੀ ਹੈ ਨਾ, ਤਾਂ ਚੀਜ਼ਾਂ ਬਹੁਤ ਸਪੈਸ਼ਲ ਮਿਲ ਜਾਂਦੀਆਂ। ਕਮਿੰਗ ਬੈਕ ਟੂ ਦ ਡਾਇਰੈਕਟ, ਕਿ ਜਦੋਂ ਤੁਸੀਂ ਦੀਪ ਬਾਈ ਨੂੰ ਇਹ ਆਖਰੀ ਫਿਲਮ ਕਹਿ ਕੇ ਕਰਦੇ ਹੋ ਨਾ, ਤਾਂ ਮਨ 'ਚ ਬਹੁਤ ਸਵਾਲ ਉੱਠਦੇ ਨੇ, ਯੂ ਬਿਕਮ ਯੂਨੋ ਪਿੱਛੇ ਜਾਂਦੇ ਹੋ, ਤੁਹਾਨੂੰ ਇਹ ਲੱਗਦਾ ਕਿ ਯਾਰ ਇਹ ਨਹੀਂ ਹੋਣਾ ਚਾਹੀਦਾ ਸੀ, ਦਿਸ ਕੁਡ ਹੈਵ ਬੀਨ ਯੂਨੋ, ਇਹ ਨਹੀਂ ਹੋ ਸਕਦਾ। ਬਟ ਕਹਿੰਦੇ ਨਾ ਵੀ ਸਮਟਾਈਮਸ ਯੂ ਹੈਵ ਟੂ ਟੇਕ ਦ ਬਿਟਰ ਪਿਲ। ਮੈਨੂੰ ਕਿਤੇ ਨਾ ਕਿਤੇ ਧਰਵਾਸ ਹੈ ਕਿ ਦੀਪ ਬਾਈ ਦੀ ਬੜੀ ਪਿਆਰੀ ਫਿਲਮ ਬਣਾਈ ਹੋਈ ਅਲਟੀਮੇਟਲੀ ਅਸੀਂ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਅਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕ ਦੇਸ਼ ਫਿਲਮ ਦੇਖ ਕੇ ਕਿਤੇ ਨਾ ਕਿਤੇ ਇੱਕ ਡਾਇਲੋਗ ਆਪਣੇ ਆਪ ਨਾਲ ਜ਼ਰੂਰ ਕਰਨਗੇ। ਕਿੰਨੇ ਪੈਸ਼ਨੇਟ ਸੀ ਉਹ ਇਸ ਪ੍ਰੋਜੈਕਟ ਨੂੰ ਲੈ ਕੇ? ਕਈ ਫਿਲਮਾਂ ਤੁਹਾਨੂੰ ਜ਼ਿੰਦਗੀ ਦੇ ਬਹੁਤ ਕਲੋਜ਼ ਹੁੰਦੀਆਂ, ਕਈ ਵਾਰ ਕਈ ਫਿਲਮਾਂ ਤਾਂ ਹੈਰਾ ਫਿਲਮਾਂ ਨਹੀਂ ਹੁੰਦੀਆਂ, ਉਹ ਜ਼ਿੰਦਗੀਆਂ ਹੀ ਬਣ ਜਾਂਦੀਆਂ। ਮੈਨੂੰ ਇਹ ਲੱਗਦਾ ਵੀ ਸਾਡੇ ਵਾਲੇ ਮੇਰੇ ਅਤੇ ਬਾਈ ਦੀਪ ਦੇ ਇੱਕ ਵਿੱਚ ਇੱਕ ਬੜਾ ਇੱਕ ਸੈਂਟਰ ਪੁਆਇੰਟ ਰਹੀ, ਵਟ ਐਵਰ ਵੀ ਡਿਸਕਸਡ ਉਹ ਐਨੀਥਿੰਗ, ਸਾਡੀ ਜਿਹੜੀ ਗੱਲ ਸਾਡੇ ਵਾਲੇ 'ਤੇ ਹੀ ਮੁੱਕਦੀ ਸੀਗੀ, ਕਿਉਂਕਿ ਅਸੀਂ ਕੋ ਪ੍ਰੋਡਿਊਸ ਕੀਤੀ ਸੀ, ਵੀ ਵਰ ਕੋ ਐਕਟਰਸ, ਮਨਦੀਪ ਸਿੱਧੂ, ਮਨਦੀਪ ਮੰਨਾ, ਦੈਨ ਦੇ ਸਾਗਰ, ਅਸੀਂ ਰਲ ਕੇ ਭਰਾਵਾਂ ਨੇ ਫਿਲਮ ਬਣਾ ਲਈ। ਵੀ ਡੋਂਟ ਹੈਵ ਸੱਚ ਮੁੱਚ ਆਫ ਬਿਗ ਰਿਸੋਰਸਿਸ, ਵੀ ਡੋਂਟ ਹੈਵ ਅ ਲਾਰਜ ਟਰਨ ਆਫ ਮਨੀ, ਬਟ ਵੀ ਡੈਫੀਨੇਟਲੀ ਹੈਵ ਅ ਪੈਸ਼ਨ। ਦੀਪ ਬਾਈ ਦੇ ਪੈਸ਼ਨ ਮੈਂ ਜ਼ਰੂਰ ਦੇਖਿਆ, ਲਾਈਫ ਪ੍ਰਤੀ ਜਨੂੰਨ, ਫਿਲਮਾਂ ਪ੍ਰਤੀ ਜਨੂੰਨ, ਜ਼ਿੰਦਗੀ ਪ੍ਰਤੀ ਜਨੂੰਨ, ਇੰਡਾ ਜਨੂੰਨੀ ਬੰਦਾ ਮੈਂ ਕਿਤੇ ਨਹੀਂ ਵੇਖਿਆ। ਪਹਿਲੀ ਮੁਲਾਕਾਤ ਯਾਦ ਹੈ ਦੀਪ ਦੇ ਨਾਲ? ਪਹਿਲੀ ਵਾਰੀ ਕਦੋਂ ਮਿਲੇ ਸੀ ਤੁਸੀਂ? ਮੈਂ ਦੱਸਦਾ, ਅਸੀਂ ਤਾਂ ਰਮਤਾ ਜੋਗੀ ਪ੍ਰਮੋਟ ਕੀਤੀ ਸੀ, ਬਿਕੋਜ਼ ਮਾਈ ਬ੍ਰਦਰ ਆਲਸੋ ਰਨਸ ਅ ਪ੍ਰਮੋਸ਼ਨ ਕੰਪਨੀ, ਸੋ ਵੀ ਵਰ ਪ੍ਰਮੋਟਿੰਗ। ਤਾਂ ਮੈਂ ਦੀਪ ਬਾਈ ਬਾਰੇ ਸੁਣ ਰਿਹਾ ਸੀ, ਵੀ ਜਿੱਦਾਂ ਮਨਦੀਪ ਨੇ ਉਹਨੇ ਕਹਿੰਦਾ ਯਾਰ ਬੰਬੇ ਤੋਂ ਮੁੰਡਾ ਆਇਆ, ਇਜ਼ ਵੈਰੀ ਫਲੈਮਬੋਇੰਟ, ਉਹ ਇਸ ਤਰ੍ਹਾਂ ਦੇ ਕੱਪੜੇ ਪਾਉਂਦਾ, ਇਸ ਤਰ੍ਹਾਂ ਕਰਦਾ, ਹੀ ਇੰਗਲਿਸ਼ ਹੀ ਗੱਲਾਂ ਕਰਦਾ, ਉਹਦੇ ਬੜੇ ਐਕਸਪੈਂਸਿਵ ਜਿਹੇ ਟੇਸਟ ਨੇ, ਹੀ ਡਰੋਵ ਐਕਸਪੈਂਸਿਵ ਕਾਰ, ਸੀ ਈਟਸ ਐਕਸਪੈਂਸਿਵ ਫੂਡ, ਮਹਿੰਗੀ ਪਾਣੀ ਪੀਂਦਾ ਨਾ, ਕਿਉਂਕਿ ਇਹ ਚੀਜ਼ਾਂ ਆਮ ਨਹੀਂ ਹੁੰਦੀਆਂ। ਫਿਰ ਹੌਲੀ ਹੌਲੀ ਮੈਨੂੰ ਪਤਾ ਲੱਗਾ ਬਠਿੰਡੇ ਤੋਂ, ਮੈਂ ਕਿਹਾ ਯਾਰ ਅੱਛਾ ਬਠਿੰਡੇ ਤੋਂ, ਫਿਰ ਲੱਗਾ ਵੀ ਮੁਕਤਸਰ ਤੋਂ ਹੈ, ਫਿਰ ਫਾਈਨਲ ਮੈਨੂੰ ਇਹ ਲੱਗਾ ਕਿ ਕਹਿੰਦੇ ਵੀ ਰਮਤਾ ਜੋਗੀ ਦਾ ਪ੍ਰੀਮੀਅਰ ਹੈ, ਤਾਂ ਮੈਂ ਰਮਤਾ ਜੋਗੀ ਦਾ ਪ੍ਰੀਮੀਅਰ ਵੇਖਣ ਚਲਾ ਗਿਆ। ਸੋ ਮੈਨੂੰ ਇਹ ਪਤਾ ਨਹੀਂ ਸੀ ਦੀਪ ਹੈ ਕਿੱਥੇ, ਬਿਕੋਜ਼ ਨਾਈਟ ਹਨੇਰਾ ਹੁੰਦਾ। ਸੋ ਜਦੋਂ ਮੈਂ ਫਿਲਮ ਦੇਖ ਰਿਹਾ ਸੀ, ਤਾਂ ਮੈਂ ਵਿੱਚੋਂ ਜੇ ਨਾ ਜਾਣ ਲੱਗਾ ਪ੍ਰੀਮੀਅਰ ਦੇ ਵਿੱਚੋਂ, ਅਤੇ ਮੈਂ ਸੋਚਿਆ ਵੀ ਬਾਹਰ ਪਾਣੀ ਜਾਂ ਕੁਛ ਜਿਹਾ ਸੀਗਾ, ਅਤੇ ਮੈਂ ਜਾਣ ਲੱਗਾ ਤਾਂ ਦੀਪ ਨੇ ਮੇਰਾ ਹੱਥ ਫੜ ਲਿਆ ਹਨੇਰੀ ਪੌੜੀਆਂ ਦੇ ਕੋਲ ਹੀ, ਅਤੇ ਕਹਿੰਦਾ ਬ੍ਰਦਰ ਵੇਅਰ ਯੂ ਗੋਇੰਗ? ਮੈਂ ਕਿਹਾ ਆਮ ਗੋਇੰਗ, ਮੈਨੂੰ ਪਤਾ ਨਹੀਂ ਸੀ ਕੌਣ ਮੈਂ ਜੀ ਬੋਲਿਆ, ਉਹ ਦੀਪ ਸੀਗਾ। ਕਹਿੰਦਾ ਨੋ ਡੋਂਟ ਗੋ ਐਨੀਵੇਅਰ, ਗੋ ਐਂਡ ਵਾਚ ਦਾ ਫਿਲਮ। ਉਹਨੂੰ ਇਹ ਲੱਗਦਾ ਸੀ ਯਾਰ ਮੇਰੀ ਫਿਲਮ ਬਣਾਈ ਮਿਹਨਤ ਨਾਲ, ਕੋਈ ਐਵੇਂ ਕਿਉਂ ਜਾ ਰਿਹਾ, ਉਹ 2 ਘੰਟੇ ਵੇਖ ਕੇ ਜਾਵੇ। ਕਮਿੰਗ ਬੈਕ ਟੂ ਸਾਡੇ ਵਾਲੇ ਵੀ ਇਹੀ ਆ, ਪੈਸ਼ਨ ਨਾਲ ਬਣੀ ਫਿਲਮ ਹੈ, ਇਹ ਪੈਸੇ ਨਾਲ ਨਹੀਂ ਬਣੀ, ਇਹ ਸ਼ਿੱਦਤ ਨਾਲ ਬਣੀ ਫਿਲਮ ਹੈ।
ਦੱਸੋ ਜਦੋਂ ਆਪਾਂ ਸ਼ੂਟਿੰਗ ਦੀ ਗੱਲ ਕਰੀਏ, ਸੋ ਸੈੱਟ 'ਤੇ ਕਿੱਦਾਂ ਦਾ ਮਾਹੌਲ ਹੁੰਦਾ ਸੀ? ਦੀਪ ਸਿੱਧੂ ਕਿੱਦਾਂ ਦੇ ਐਕਟਰ ਨੇ? ਮੈਥਡ ਐਕਟਿੰਗ ਕਰਦੇ ਨੇ ਜਾਂ ਔਨ ਦ ਸਪੋਟ ਕਰਦੇ ਨੇ? ਕੀ ਕਿਹੋ ਜਿਹਾ ਮਾਹੌਲ ਰਹਿੰਦਾ? ਮੈਥਡ ਐਕਟਰ ਨਹੀਂ ਸੀਗਾ, ਹੀ ਵਾਜ਼ ਵੈਰੀ ਯੂ ਨੋ ਸ਼ਾਰਪ ਸੀਗਾ, ਹੀ ਵਾਜ਼ ਵੈਰੀ ਗੁੱਡ ਇਨ ਗ੍ਰੈਸਪਿੰਗ ਦ ਥਿੰਗਸ। ਉਹਨੂੰ ਇੱਕ ਗੱਲ ਕਹਿੰਦੇ ਸੀ, ਉਹਨੂੰ ਪਤਾ ਲੱਗ ਜਾਂਦਾ ਸੀ, ਬਿਕੋਜ਼ ਹੀ ਵਾਜ਼ ਵੈਰੀ ਲਰਨਡ ਮੈਨ, ਹੀ ਵਾਜ਼ ਆਫਕੋਰਸ ਐਡਵੋਕੇਟ, ਆ ਦੈਨ ਹੀ ਇਜ਼ ਰਨਿੰਗ ਵਾਜ਼ ਰਨਿੰਗ ਅ ਬਿਗ ਕੰਪਨੀ ਇਨ ਆਲ। ਕਿਤੇ ਨਾ ਕਿਤੇ ਦੀਪ ਬਾਈ ਐਜ਼ ਅ ਐਕਟਰ ਅੰਡਰ ਰੇਟਡ ਰਹਿ ਗਿਆ ਸੀ, ਆਪਾਂ ਉਸਨੂੰ ਸੀਰੀਅਸਲੀ ਨਹੀਂ ਲਿਆ। ਪਰ ਤੁਸੀਂ ਦੇਖੋਗੇ ਜਿਵੇਂ ਜੋਰੇ 'ਚ ਅਲੱਗ ਸ਼ੇਡ ਆ, ਰੰਗ ਪੰਜਾਬ 'ਚ ਅਲੱਗ ਸ਼ੇਡ ਆ, ਇਹ 'ਚ ਤੁਸੀਂ ਇੱਕ ਅਲੱਗ ਕਿਰਦਾਰ ਵੇਖੋਗੇ, ਇਹ 'ਚ ਤੁਸੀਂ ਦੀਪ ਦੇਖੋਗੇ, ਇਹ 'ਚ ਤੁਹਾਨੂੰ ਮਨਜੀਤ ਦਿਖੂਗਾ। ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਦਾ ਰਿਹਾ ਉਹਨਾਂ ਨਾਲ, ਪਰਸਨਲ ਵੀ ਅਤੇ ਪ੍ਰੋਫੈਸ਼ਨਲ ਵੀ, ਔਨ ਦਾ ਸੈਟਸ ਵੀ, ਇੱਦਾਂ ਦਾ ਕੋਈ ਕਿੱਸਾ, ਕੋਈ ਇੰਟਰਸਟਿੰਗ? ਬਹੁਤ ਵਧੀਆ ਰਿਹਾ, ਬਿਕੋਜ਼ ਵੀ ਮੇਡ ਦਿਸ ਫਿਲਮ ਵਿਦ ਪੈਸ਼ਨ, ਅਤੇ ਅਸੀਂ ਜਦੋਂ ਫਿਲਮ ਪ੍ਰੀ ਪ੍ਰੋਡਕਸ਼ਨ 'ਚ ਵੀ ਸਾਡੀ ਗੱਲ ਹੁੰਦੀ ਰਹਿੰਦੀ ਸੀ, ਫਿਰ ਸਾਨੂੰ ਇਹ ਲੱਗਾ ਕਿ ਇਸ ਫਿਲਮ 'ਚ ਕਬੱਡੀ ਬਹੁਤ ਵੱਡਾ ਪਾਰਟ ਪਲੇ ਕਰਦੀ ਹੈ। ਜਿਹੜਾ ਦੀਪ ਹੈ ਬਾਈ ਰੇਡਰ ਹੈ, ਮੈਂ ਫੀਡਰ ਆਪਣਾ ਜਾਫੀ ਹਾਂ, ਅਤੇ ਫਿਰ ਮੈਂ ਵੀ ਆਪਣੇ 2-2.5 ਮਹੀਨੇ ਫਿਰ ਕਬੱਡੀ 'ਤੇ ਲਾਏ, ਬਿਕੋਜ਼ ਕਬੱਡੀ ਫਿਲਮ ਦਾ ਬਹੁਤ ਵੱਡਾ ਪਾਰਟ ਹੈ। ਤੁਸੀਂ ਇਸ ਤਰ੍ਹਾਂ ਨਹੀਂ, ਮੈਂ ਮਹਿਸੂਸ ਕਰਾਉਣਾ ਚਾਹੁੰਦਾ ਸੀ ਵੀ ਇਹ ਵੈਸੇ ਹੀ ਐਜ਼ ਐਕਟਰ ਹੀ ਲੱਗ ਰਿਹਾ, ਕਿਉਂਕਿ ਕਬੱਡੀ ਖੇਡਣ ਲਈ ਤੁਹਾਨੂੰ ਮੈਨਰਿਜ਼ਮ ਦੀ ਜ਼ਰੂਰਤ ਹੁੰਦੀ ਹੈ। ਉਹ ਬਾਈ ਦੀਪ ਨੇ ਵੀ ਮਿਹਨਤ ਕੀਤੀ ਤਾਂ ਮੈਂ ਵੀ ਕੀਤੀ। ਦੀਪ ਬਾਈ ਦਾ ਇੱਕ ਬਹੁਤ ਵੱਡਾ ਪਰਛਾਵਾਂ ਇਸ ਫਿਲਮ 'ਤੇ ਹੈਗਾ, ਉਹ ਹੋਣਾ ਵੀ ਚਾਹੀਦਾ, ਬਿਕੋਜ਼ ਹੀ ਵਾਜ਼ ਅ ਵੈਗਨ ਵੀਲ, ਹੀ ਵਾਜ਼ ਟੇਕਿੰਗ ਅਸ ਵਿਦ ਟੁਗੈਦਰ। ਬਟ ਕਿਤੇ ਨਾ ਕਿਤੇ ਇਸ ਫਿਲਮ ਨੂੰ ਇੱਕ ਫਿਲਮ ਦੇ ਤਰੀਕੇ ਨਾਲ ਵੇਖਿਆ ਜਾਵੇ, ਬਿਕੋਜ਼ ਜਿਤੇਂਦਰ ਮਾਹੌਰ, ਦੈਨ ਦਲਜੀਤ ਅੰਮੀ ਭਾਅ ਜੀ, ਦੈਨ ਇਹ ਸਟੋਰੀ ਇੱਕ ਬੜੇ ਫੇਮਸ ਰਾਈਟਰ ਨੇ ਬਲਵਿੰਦਰ ਸਿੰਘ ਗਰੇਵਾਲ, ਉਹਨਾਂ ਲਿਖੀ ਹੋਈ ਹੈ। ਅਸੀਂ ਹਕੀਕਤ ਦੇ ਨਾਲ ਜੁੜ ਕੇ, ਜ਼ਮੀਨੀ ਤੌਰ 'ਤੇ ਜੁੜ ਕੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੈਟਸ ਸੀ ਹਾਊ ਇਟ ਗੋਜ਼ ਐਂਡ ਹਾਊ ਪੀਪਲ ਵਿਲ ਰਿਐਕਟ ਟੂ ਇਟ। ਮਾਮਾ ਤੂੰ ਇੱਥੇ ਖੜਾ ਆਸ਼ਕੀਆਂ ਕਰੀ ਜਾਂਦਾ, ਮਾਰ ਮਾਰ ਸੁੱਖਣੇ ਤੇਰੇ ਧੌਲਾਂ, ਤੇਰੀ ਧੌਣ ਕਰ ਦੇਣੀ ਆ ਕੁੱਕੜ ਅਰਗੀ। ਰੀਅਲਿਸਟਿਕ ਸਿਨੇਮਾ ਦਾ ਤੁਹਾਨੂੰ ਕੀ ਲੱਗਦਾ, ਪੰਜਾਬ 'ਚ ਕਿੰਨਾ ਸਕੋਪ ਹੈ? ਇਫ ਆਈ ਟੋਕਨ ਪੰਜਾਬੀ ਸਿਨੇਮਾ, ਆਪਾਂ ਇਹ ਗੱਲ ਕਹਿੰਦੇ ਪੰਜਾਬੀ ਸਿਨੇਮਾ ਤਰੱਕੀ ਕਰ ਰਿਹਾ, ਤਰੱਕੀ ਕਰ ਰਿਹਾ, ਤਰੱਕੀ ਕਰ ਰਿਹਾ, ਬਟ ਪੰਜਾਬੀ ਫਿਲਮਾਂ ਬਣ ਰਹੀਆਂ ਪਰ ਪੰਜਾਬੀ ਫਿਲਮਾਂ ਦਾ ਕੁਛ ਨਹੀਂ ਬਣ ਰਿਹਾ। ਦੈਟਸ ਜਿਹੜੇ ਸੈਡ ਪਾਰਟ, ਇਫ ਵੀ ਕੰਪੇਅਰ ਅਵਰ ਫਿਲਮਾਂ ਟੂ ਸਾਊਥ ਫਿਲਮਾਂ, ਦੇ ਹੈਵ ਟੇਕਨ ਲੋਟ ਆਫ ਰਿਸਕਸ ਐਂਡ ਸਮ ਆਰ ਨੋਟ ਯੂ ਨੋ ਰਿਜ਼ਲਟ ਨਹੀਂ ਆਏ, ਬਟ ਸਮ ਹੈਵਨ ਬਹੁਤ ਵੱਡੇ ਬਲੋਕਬਸਟਰ ਵੀ ਰਹੇ ਆ। ਯਕੀਨ ਮੰਨਿਓ, ਉਹਨਾਂ ਦਾ ਕੰਟੈਂਟ ਇੰਨਾ ਸਟਰੋਂਗ ਆ ਕਿ ਉਹਨਾਂ ਨੇ ਆਈਫੋਨ 'ਤੇ ਫਿਲਮਾਂ ਬਣਾ ਕੇ ਐਮਾਜ਼ੋਨ ਨੂੰ 20-20 ਕਰੋੜ ਦੀਆਂ ਵੇਚੀਆਂ ਹੋਈਆਂ, ਬਿਕੋਜ਼ ਕੰਟੈਂਟ ਇਜ਼ ਅ ਕਿੰਗ। ਸਾਡੇ ਕੋਲ ਫੋਰਚੁਨੇਟਲੀ ਪੰਜਾਬ ਹੈਜ਼ ਅ ਬਿਗ ਹਿਸਟਰੀ, ਵੀ ਹੈਵ ਵਾਰੀਅਰਸ, ਵੀ ਹੈਵ ਲਵਰਸ, ਵੀ ਹੈਵ ਲੋਟ ਟੂ ਗੋ ਅਬਾਊਟ। ਆਪਾਂ ਹਜੇ ਤੱਕ ਉਹ ਜਸਟਿਸ ਨਹੀਂ ਕਰ ਪਾਏ, ਵੀ ਹੈਵਨਟ ਕਨੈਕਟਿਡ ਟੂ ਦਾ ਸਿਨੇਮਾ ਐਂਡ ਬਾਕਸ ਆਫਿਸ। ਕਿਤੇ ਨਾ ਕਿਤੇ ਇਹ ਕਮੀ ਦਰਸ਼ਕਾਂ ਵੱਲੋਂ ਵੀ ਰਹੀ, ਕਿਤੇ ਨਾ ਕਿਤੇ ਕਰਮੀ ਫਿਲਮ ਮੇਕਰਸ ਵੱਲੋਂ ਰਹੀ। ਆਪਾਂ ਰਿਸਕ ਨਹੀਂ ਲਏ, ਕਿਤੇ ਨਾ ਕਿਤੇ ਆਪਾਂ ਨੂੰ ਚੰਗੀ ਸਿਨੇਮੇ ਦੀ ਆਦਤ ਨਹੀਂ ਪਈ, ਕਿਤੇ ਨਾ ਕਿਤੇ ਆਪਾਂ ਦਰਸ਼ਕਾਂ ਨੂੰ ਥੋੜ੍ਹੇ ਜਿਹੇ ਬੇਵਕੂਫ ਸਮਝਦੇ ਰਹੇ ਵੀ ਦਰਸ਼ਕ ਯਾਰ ਦਿਮਾਗ ਘਰ ਰੱਖ ਕੇ ਆਉਣ। ਦਿਮਾਗ ਕਿਉਂ ਘਰ ਰੱਖ ਕੇ ਆਉਣ? ਸਿਨੇਮਾ ਤਾਂ ਤੁਹਾਡੀ ਗੱਲ ਕਰ ਰਿਹਾ ਨਾ, ਦਿਮਾਗ ਰੱਖ ਕੇ ਆਉਣ ਦਾ ਜਿਹੜਾ ਮੈਨੂੰ ਸ਼ਬਦ ਮੈਨੂੰ ਸਮਝ ਨਹੀਂ ਆਉਂਦਾ। ਫਿਰ ਕਹਿਣਗੇ ਇਹ ਡਰਾਈ ਸਿਨੇਮਾ, ਇਹ ਚੱਲਣਾ ਨਹੀਂ। ਸਿਨੇਮਾ ਸਿਨੇਮਾ ਹੁੰਦਾ, ਜਾਂ ਤਾਂ ਫਿਲਮ ਚੰਗੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ, ਡਰਾਈ ਜਾਂ ਕੋਈ ਇਸ ਤਰ੍ਹਾਂ ਦੀ ਫਿਲਮ ਨਹੀਂ ਹੁੰਦੀ, ਕਿਉਂਕਿ ਹੋਰ ਲੋਕ ਇਹ ਕਰ ਰਹੇ ਨੇ। ਪਰ ਮੋਰ ਓਵਰ ਮੈਨੂੰ ਇੱਕ ਚੀਜ਼ ਦੀ ਖੁਸ਼ੀ ਹੈ ਵੀ ਲੋਕਡਾਊਨ ਦੇ ਦੌਰਾਨ ਲੋਕਾਂ ਨੇ ਨੈੱਟਫਲਿਕਸ, ਐਮਾਜ਼ੋਨ ਬਹੁਤ ਦੇਖਿਆ। ਹੁਣ ਕੀ ਹੋ ਗਿਆ ਕਿ ਲੋਕ ਜਾਂ ਪੰਜਾਬ ਦੀ ਆਡੀਅੰਸ ਕੰਟੈਂਟ ਨੂੰ ਥੋੜ੍ਹਾ ਜਿਹਾ ਪ੍ਰਮੁੱਖ ਰੱਖਣ ਲੱਗ ਪਈ, ਰਾਦਰ ਦੈਨ ਉਹਦੇ ਪਿੱਛੇ ਕਾਸਟ ਕੀ ਹੈ। ਜੇ ਉਹਨਾਂ ਨੂੰ ਕੰਟੈਂਟ ਚੰਗਾ ਲੱਗ ਰਿਹਾ ਤਾਂ ਉਹ ਫਿਲਮ ਦੇਖਣ ਜਾ ਰਹੇ ਆ, ਜੇ ਨਹੀਂ ਲੱਗ ਰਿਹਾ ਤਾਂ ਅਵੋਇਡ ਵੀ ਕਰ ਰਹੇ ਨੇ। ਕਿਤੇ ਨਾ ਕਿਤੇ ਆਪਣਾ ਪੰਜਾਬੀ ਸਿਨੇਮਾ ਟ੍ਰਾਂਜੈਕਸ਼ਨ 'ਤੇ ਬੇਸ 'ਤੇ ਆ। ਸੋ ਆਈ ਥਿੰਕ ਇਨ ਕਮਿੰਗ 2-3 ਈਅਰਸ ਜਾਂ ਮਤਲਬ 2 ਸਾਲਾਂ 'ਚ 3 ਸਾਲਾਂ 'ਚ ਵੀ ਕੈਨ ਸੀ ਅ ਬਿਗ ਚੇਂਜ ਇਨ ਪੰਜਾਬੀ ਸਿਨੇਮਾ। ਉਹ ਨਹੀਂ ਤਾਂ ਆ ਪੰਜਾਬ ਤੇਰੇ ਵਰਗੇ ਦਾਨੇ ਬੰਦਿਆਂ ਦੇ ਨਾਂ 'ਤੇ ਵੱਸਦਾ, ਜਿਹੜੇ ਸਾਡੇ ਲਈ ਦਿਨ ਰਾਤ ਸੁੱਖਾਂ ਸੁੱਖਦੇ ਨੇ। ਦੀਪ ਸਿੱਧੂ ਕਿਸਾਨ ਅੰਦੋਲਨ ਵਿੱਚ ਬਹੁਤ ਸਰਗਰਮ ਰਹੇ ਹੈ ਨਾ, ਉਸ ਤੋਂ ਬਾਅਦ ਇੱਕ ਬੌਂਡਿੰਗ ਬਣੀ ਉਹਨਾਂ ਦੀ ਲੋਕਾਂ ਦੇ ਨਾਲ, ਉਸ ਬਾਰੇ ਕਦੇ ਤੁਹਾਡੀ ਕੋਈ ਗੱਲਾਂ ਹੁੰਦੀਆਂ ਸੀ ਦੀਪ ਸਿੱਧੂ ਦੇ ਨਾਲ? ਹੋਈ ਗੱਲ, ਮੈਂ ਨਾ ਗੱਲ ਕੀਤੀ, ਮੈਨੂੰ ਕਿਸਾਨੀ ਅੰਦੋਲਨ ਦੁਆਰਾ ਇੱਕ ਫੋਨ ਆਉਂਦੇ ਰਹੇ, ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਮੈਂ ਉੱਥੇ ਵੀ ਗਿਆ, ਸ਼ੰਭੂ ਬਾਰਡਰ 'ਤੇ ਵੀ ਸਾਡੀ ਡਿਸਕਸ਼ਨ ਹੁੰਦੀ ਰਹੀ। ਆਈ ਵਾਜ਼ ਪਾਰਟ ਆਫ ਦੇਅਰ ਯੂ ਨੋ, ਕਈ ਵਾਰ ਤੁਸੀਂ ਬਹਿੰਦੇ ਹੋ ਫਿਰ ਸਪੀਚਾਂ ਸੁਣਦੇ ਹੋ, ਫਿਰ ਦੀਪ ਬਾਈ ਦਾ ਇੱਕ ਐਵੋਲਿਊਸ਼ਨ ਸੁਣਦੇ ਹੋ। ਦੀਪ ਬਾਈ ਨਾਲ ਮੇਰੇ ਨਾਲ ਗੱਲ ਹੁੰਦੀ ਰਹੀ, ਪਰ ਇੱਕ ਗੱਲ ਮੈਨੂੰ ਬੜੀ ਯਾਦ ਆ ਚੰਗੇ ਤਰੀਕੇ ਨਾਲ। ਦੀਪ ਬਾਈ ਨੇ ਨਾ ਮੇਰੇ ਨਾਲ ਫੋਨ ਕੀਤਾ ਰਾਤ ਨੂੰ, ਅਤੇ ਮੈਨੂੰ ਕਹਿੰਦਾ ਕਿ ਬਈ ਯਾਰ ਲੋਕ ਪਿਆਰ ਬਹੁਤ ਕਰਦੇ ਆ, ਯੂ ਨੋ ਮੈਂ ਬੜਾ ਐਪਰੀਸੀਏਸ਼ਨ ਲੈ ਰਿਹਾ। ਮੈਂ ਕਿਹਾ ਯਾਰ ਬਹੁਤ ਵਧੀਆ ਗੱਲ ਆ, ਕਹਿੰਦਾ ਤੁਹਾਨੂੰ ਕੀ ਲੱਗਦਾ? ਮੈਂ ਕਿਹਾ ਦੇਖੋ ਬਈ ਦੀਪ, ਆਪਾਂ ਨਾ ਬੜਾ ਇਸ ਨੂੰ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ, ਕਿਉਂਕਿ ਕਿਤੇ ਨਾ ਕਿਤੇ ਜਦੋਂ ਰਿਲੀਜੀਅਸ ਪੁਆਇੰਟ ਆਫ ਵਿਊ ਜਾਂ ਤੁਹਾਡੇ ਪੰਜਾਬ ਬਾਰੇ ਗੱਲ ਆ ਜਾਂਦੀ ਤਾਂ ਆਪਾਂ ਬੜੇ ਉਹ ਹੋ ਜਾਂਦੇ ਟੱਚੀ। ਮੈਂ ਨਾ ਉਹਨੇ ਇੱਕ ਗੱਲ ਕਹੀ ਸੀ, ਮੈਂ ਕਿਹਾ ਯਾਰ ਪੰਜਾਬ ਦੇ ਲੋਕਾਂ ਦੀ ਖਾਸੀਅਤ ਵੀ ਆ ਅਤੇ ਇੱਕ ਮਾੜੀ ਗੱਲ ਵੀ ਆ, ਇਹ ਸਿਰ 'ਤੇ ਚੱਕਦੇ ਵੀ ਬੜੀ ਛੇਤੀ ਅਤੇ ਲਾਹੁੰਦੇ ਵੀ ਬੜੀ ਛੇਤੀ ਆ। ਯਕੀਨ ਮੰਨਿਓ ਗੱਲ ਸੱਚੀ ਹੋ ਗਈ, ਆਈ ਐਮ ਸੋਰੀ ਮੈਂ ਗੱਲ ਕੀਤੀ, ਬਟ ਉਹ ਬੜੀ ਸੱਚ ਹੋ ਗਈ ਗੱਲ।
ਦੀਪ ਬਾਈ ਦਾ ਜਿਹੜਾ ਐਵੋਲਿਊਸ਼ਨ ਹੋਇਆ ਹੀ ਵਾਜ਼ ਕਹਿੰਦੇ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਇੱਕਦਮ ਹੀ ਵਾਜ਼ ਸੱਚ ਆ ਬਿਗ ਯੂ ਨੋ ਟਾਕਿੰਗ ਪੁਆਇੰਟ ਦੈਨ ਫਿਊ ਇੰਸੀਡੈਂਟ ਹੈਪਨ ਜਿਹਦੇ ਕਰਕੇ ਫਿਰ ਬਹੁਤ ਅਨਪਲੈਜੈਂਟ ਮੂਮੈਂਟਸ ਰਹੇ ਲੋਕਾਂ ਨੇ ਬਹੁਤ ਮਾੜਾ ਕਿਹਾ ਉਹ ਸ਼ਬਦ ਮੈਂ ਸ਼ਾਇਦ ਯੂਜ਼ ਕਰਦਾ ਵੀ ਚੰਗਾ ਨਹੀਂ ਲੱਗਦਾ ਫਿਰ ਦੇਖੋ ਕੁਛ ਟਾਈਮ ਨਾਲ ਉਹ ਚੀਜ਼ਾਂ ਚੇਂਜ ਵੀ ਹੋਈਆਂ ਦੈਨ ਅਗੇਨ ਯੂ ਨੋ ਬਹੁਤ ਚੀਜ਼ਾਂ ਗਲਤ ਵੀ ਹੋ ਗਈਆਂ ਪਰੂਫ ਵੀ ਹੋ ਗਈਆਂ ਵੀ ਹਾਂ ਨਹੀਂ ਬਟ ਅਲਟੀਮੇਟਲੀ ਇੱਕ ਲੋਸ ਹੋ ਗਿਆ ਸਾਨੂੰ ਬਹੁਤ ਵੱਡਾ ਪਰ ਮੈਨੂੰ ਇਹ ਲੱਗਦਾ ਵੀ ਕਈ ਨਾ ਕਈ ਜਦੋਂ ਤੁਸੀਂ ਇੰਨੀ ਵੱਡੀ ਗੱਲ ਕਿਸੇ ਬਾਰੇ ਕਹਿ ਦਿੰਦੇ ਹੋ ਤਾਂ ਜਦੋਂ ਗੱਲ ਝੂਠ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਗੱਲਾਂ ਫਿਰ ਦੀਪ ਬਾਈ ਦਾ ਜਾਣਾ ਕਿਤੇ ਨਾ ਕਿਤੇ ਆਪਾਂ ਨੂੰ ਥੋੜ੍ਹੀ ਸੋਚਣ ਦੀ ਲੋੜ ਵੀ ਹੁੰਦੀ ਹੈ ਵੀ ਤੁਹਾਨੂੰ ਥੋੜ੍ਹਾ ਜਿਹਾ ਸੋਚ ਕੇ ਬੋਲਣਾ ਚਾਹੀਦਾ ਅੱਜ ਦੀਪ ਬਾਈ ਸਾਡੇ 'ਚ ਨਹੀਂ ਰਿਹਾ ਬਟ ਜੇ ਉਹ ਕਿਤੇ ਵੀ ਹੈਗਾ ਹੈ ਤਾਂ ਇਨਸਾਨ ਹੀ ਨਾ ਉਹਦੇ ਅੰਦਰ ਕੀ ਚੱਲਦਾ ਹੋਊਗਾ ਕਿਉਂਕਿ RSS ਦਾ ਕਹਿਣਾ BJP ਦਾ ਕਹਿਣਾ ਜਾਂ ਪੋਲੀਟੀਕਲ ਜੁਆਇਨ ਕਰ ਲੈਣੀ ਜਾਂ ਪੈਸੇ ਖਾ ਲੈਣੇ ਅਲਟੀਮੇਟਲੀ ਹੋਇਆ ਕਿ ਉਹ ਸਭ ਚੀਜ਼ਾਂ ਗਲਤ ਸਾਬਿਤ ਹੋਈਆਂ ਨਾ ਕਿਸੇ ਦੀ ਪਾਰਟੀ ਜੁਆਇਨ ਹੋਈ ਕੋਈ ਪੈਸੇ ਦਾ ਐਲੀਗੇਸ਼ਨ ਆਇਆ ਹੁਣ ਕੀ ਹੋ ਰਿਹਾ ਹੁਣ ਇਹ ਹੋ ਰਿਹਾ ਵੀ ਦੀਪ ਬਾਈ ਦੇ ਨਾਂ 'ਤੇ ਜਿਹਦਾ ਫੈਣਾ ਲੈਣਾ ਸੀ ਉਹ ਫਾਇਦਾ ਲੈ ਕੇ ਹੁਣ ਦੀਪ ਬਾਈ ਕਿੱਥੇ ਆ ਉਹ ਸਾਡੇ 'ਚ ਨਹੀਂ ਰਹੇ ਅਲਟੀਮੇਟਲੀ ਭੁਗਤਣੀ ਕਿਹਨੂੰ ਪੈਂਦੀ ਆ ਪਰਿਵਾਰਾਂ ਨੂੰ ਮਨਦੀਪ ਬਾਈ ਮੇਰੇ ਨਾਲ ਨੇ ਅਤੇ ਮੈਨੂੰ ਪਤਾ ਉਹਨਾਂ ਦੇ ਅੰਦਰ ਕੀ ਚੱਲਦਾ ਕਹਿੰਦਾ ਬਾਈ ਯਾਰ ਰੋਜ਼ ਦੇ ਰੋਜ਼ ਦੁਨੀਆ ਨਾਲੋਂ ਟੁੱਟਦੀ ਨਜ਼ਰ ਆ ਰਹੀ ਹੈ ਹੁਣ ਫਾਇਦਾ ਨਹੀਂ ਨਾ ਰਿਹਾ ਆਪਾਂ ਫਾਇਦੇ ਨੁਕਸਾਨਾਂ 'ਚ ਪੈ ਗਏ ਸੋ ਗੱਲ ਉਹੀ ਹੈ ਨਾ ਕਿ ਵੀ ਸਲਾਮਾਂ ਚੜ੍ਹਦੇ ਸੂਰਜ ਨੂੰ ਹੈ ਬਟ ਅਸੀਂ ਤਾਂ ਪਰਿਵਾਰ ਹਾਂ ਇਸ ਦੇ ਨਾਲ ਖੜ੍ਹਨਾ ਹੀ ਹਾਂ ਸੋ ਮੈਂ ਬਾਈ ਦੀਪ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਆ ਸਾਡੀਆਂ ਧੀਆਂ ਭੈਣਾਂ ਸਾਂਝੀਆਂ ਸਭ ਦੀਆਂ ਸੋ ਅਸੀਂ ਮਨਦੀਪ ਬਾਈ ਨਾਲ ਖੜ੍ਹੇ ਹਾਂ ਕੱਲ੍ਹ ਵੀ ਖੜ੍ਹੇ ਸੀ ਅਤੇ ਆਉਂਦੇ ਟਾਈਮ 'ਤੇ ਵੀ ਖੜ੍ਹੇ ਹੋਊਂਗੇ